ਦੀ ਹਿਰਾਸਤ 'ਚ ਨਜ਼ਰ ਆ ਰਹੀ ਇਸ ਲੜਕੀ 'ਤੇ ਨੌਕਰੀ ਦਿਵਾਉਣ ਦੇ ਨਾਮ 'ਤੇ ਲੋਕਾਂ ਨਾਲ ਲੱਖਾਂ ਰੁਪਈਆਂ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ। ਇਹ ਲੜਕੀ ਬਠਿੰਡਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਭੋਲੀ ਭਾਲੀ ਨਜ਼ਰ ਆਉਣ ਵਾਲੀ ਇਸ ਲੜਕੀ ਨੇ ਇੱਕ ਵਿਅਕਤੀ ਤੋਂ ਉਸਦੀ ਪਤਨੀ ਨੂੰ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਲਈ 20 ਲੱਖ ਰੁਪਏ ਲਏ ਸਨ। ਇੱਥੋਂ ਤੱਕ ਕਿ ਫਰਜ਼ੀ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ 'ਚ ਪੈਂਦੇ ਮਟੌਰ ਥਾਣੇ ਦੇ SHO ਰਾਜੀਵ ਕੁਮਾਰ ਨੇ ਦੱਸਿਆ ਕਿ ਬਲਜਿੰਦਰ ਸਿੰਘ ਨਾਮੀ ਵਿਅਕਤੀ ਦੀ ਸ਼ਿਕਾਇਤ 'ਤੇ ਇਸ ਲੜਕੀ ਨੂੰ ਕਾਬੂ ਕੀਤਾ ਗਿਆ ਹੈ। ਇਹ ਬੱਚਿਆਂ ਨੂੰ ਨੌਕਰੀ ਦਿਵਾਉਂਦੀ ਸੀ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਦੇ ਨਾਂ 'ਤੇ ਨੌਕਰੀ ਦਿਵਾਉਣ 'ਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ, ਅਪੁਆਇੰਟਮੈਂਟ ਲੈਟਰ ਤਿਆਰ ਕਰਕੇ, ਮੈਟ ਸੂਚੀ ਤਿਆਰ ਕਰਕੇ ਫਿਰ ਉਹਨਾਂ ਦੇ ਪੈਸੇ ਲੈਂਦੀ ਸੀ। ਪੈਸੇ ਲੈਣ ਦੇ ਇਹਨੇ ਪੈਸੇ ਲਏ ਕੈਂਡੀਡੇਟ ਤੋਂ ਬਲਜਿੰਦਰ ਸਿੰਘ ਤੋਂ, ਅਤੇ ਉਹਦੇ ਮਿਸਰੀ ਨੂੰ ਨੌਕਰੀ ਲਵਾਉਂਦੇ, ਅਤੇ ਉਹਨੇ ਸਾਡੇ ਕੋਲ ਕੰਪਲੇਂਟ ਕੀਤੀ ਕਿ ਅਸੀਂ 20 ਲੱਖ ਰੁਪਇਆ ਇਹਦੇ ਖਾਤੇ ਵਿੱਚ ਟ੍ਰਾਂਸਫਰ ਕਰਦਾ, ਅੱਜ ਇਹ ਫਿਰ ਪੈਸੇ ਲੈਣ ਆਈ ਹੈ। ਜਦ ਇਹ ਪੈਸੇ ਲੈਣ ਆਈ ਤਾਂ ਸਾਨੂੰ ਇੱਥੇ ਉਹਨੇ ਮੌਕੇ 'ਤੇ ਬਿਆਨ ਲਿਖਾਇਆ, ਅਸੀਂ ਪਰਚਾ ਦਰਜ ਕਰਕੇ ਉੱਥੇ ਮੌਕੇ 'ਤੇ ਗਏ, ਤਾਂ ਇਹ ਅਸੀਂ ਇੱਕ ਲੜਕੀ ਨੂੰ ਕਾਬੂ ਕੀਤਾ। ਕਾਬੂ ਕਰਨ ਦੇ ਬਾਅਦ ਅਸੀਂ ਪੁੱਛਗਿੱਛ ਕਰਨ ਦੇ ਬਾਅਦ ਖਾਤੇ ਵਿੱਚ ਹੋਰ ਵੀ ਕਈ ਟ੍ਰਾਂਜੈਕਸ਼ਨਾਂ ਘੁੰਮੀਆਂ ਵੀ ਆ, ਅਤੇ ਉਹਦੇ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋ ਸਕਦਾ, ਕਿੰਨੇ ਵਿਅਕਤੀਆਂ ਦਾ ਹੱਥ ਹੋਊਗਾ। ਤਫਤੀਸ਼ ਚੜ੍ਹਦੀ ਚੱਲ ਰਹੀ ਹੈ ਅਤੇ ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ, ਉਹਦੇ ਬਾਅਦ ਅਸੀਂ ਜੋ ਵੀ ਇਹ ਬਣਦੀ ਕਾਰਵਾਈ ਹੋਰ ਅੱਗੇ ਕਰਾਂਗੇ ਜੀ। ਫਿਲਹਾਲ ਪੁਲਿਸ ਨੇ ਇਸ ਜਾਲਸਾਜ਼ ਲੜਕੀ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਪੁੱਛਗਿੱਛ ਦੇ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ ਪੰਜਾਬੀ।